ਲਓ ਜੀ, ਅੱਜ ਹੈਗਾ ਕੈਨੇਡਾ ਦੇ ਵਿੱਚ ਸੈਟਰਡੇ, ਅਤੇ ਕਾਫੀ ਕੁਆਇਟ ਜਿਹਾ ਲੱਗ ਰਿਹਾ ਦਿਨ। ਸੋਹਣਾ ਵੈਸੇ ਅੱਜ, ਇੰਨੀ ਠੰਡ ਨਹੀਂ ਹੈਗੀ, ਧੁੱਪ ਨਿਕਲੀ ਹੋਈ ਆ ਵਧੀਆ। ਹਾਂ, ਕੈਨੇਡਾ ਕੈਨੇਡਾ ਦੇ ਘਰ ਇਸ ਵਕਤ ਮੈਂ ਹੈਗਾ ਬਰੈਂਪਟਨ, ਬਰੈਂਪਟਨ ਦੇ ਏਰੀਆ 'ਚ ਆ ਮੈਂ। ਨਿਕਲੀ ਹੋਈ ਅੱਜ ਵਧੀਆ, ਮੈਂ ਕਿਹਾ ਚਲੋ ਵਾਕ 'ਤੇ ਚੱਲਦੇ ਹਾਂ। ਨੇੜੇ ਇੱਥੇ ਇੱਕ ਲੇਕ ਪੈਂਦੀ ਆ, ਹਾਰਟ ਲੇਕ, ਅਤੇ ਉੱਥੇ ਕੱਢ ਕੇ ਆਉਂਦੇ ਹਾਂ ਗੇੜਾ। ਮੇਰੇ ਇੱਥੇ ਵਾਕਿੰਗ ਡਿਸਟੈਂਸ ਦੀ ਆ, ਉੱਥੇ ਘੁੰਮ ਕੇ ਆਉਂਦੇ ਹਾਂ। ਹਾਰਟ ਲੇਕ ਚੱਲੇ ਹਾਂ ਆਪਾਂ। ਠੰਡ ਅੱਜ ਘੱਟ ਆ ਇੱਥੇ, ਸਨੋਅ ਹਜੇ ਪਈ ਨਹੀਂ। ਬਰੈਂਪਟਨ ਇੱਧਰ ਅੰਟਾਰੀਓ ਦੇ ਏਰੀਏ 'ਚ ਥੋੜ੍ਹੀ ਬਹੁਤੀ ਮੈਨੂੰ ਲੱਗਦਾ ਹਲਕੀ ਫੁਲਕੀ ਜੀ ਪਈ ਆ। ਅੱਜ ਦਿਨ ਬਹੁਤ ਘੈਂਟ ਸੀਗਾ, ਮੈਂ ਕਿਹਾ ਚਲੋ ਥੋੜ੍ਹਾ ਜਿਹਾ ਫਿਰ ਤੁਰ ਫਿਰ ਕੇ ਘੁੰਮਿਆ ਫਿਰਿਆ ਜਾਵੇ। ਮੈਂ ਚੱਲਿਆ ਹਾਰਟ ਲੇਕ, ਇੱਥੇ ਨੇੜੀ ਆ ਜਿੱਥੇ ਆਪਾਂ ਰਹਿ ਰਹੇ ਹਾਂ, ਉੱਥੇ ਉਹ ਦੇਖ ਕੇ ਆਉਣੇ ਵੀ ਕਿਵੇਂ ਦੀ ਆ। ਦਿਨ ਸੋਹਣਾ ਅੱਜ, ਬਾਕੀ ਸਿਆਲ ਦੇ ਦਿਨ ਨੇ, ਜਲਦੀ ਆ ਜਿਹੜੇ 5 ਕੁ ਵਜੇ ਹਨੇਰਾ ਹੋ ਜਾਂਦਾ, ਬਹੁਤ ਅਰਲੀ ਵਧੀਆ ਅਰਲੀ ਆ ਅੱਜ। ਅੱਜ ਬਾਕੀ ਵੀਕਐਂਡ ਆ, ਵੀਕਐਂਡ 'ਤੇ ਲੋਕ ਆ ਜਿਹੜੇ ਤੁਹਾਨੂੰ ਪਤਾ ਪਾਰਟੀਆਂ ਪੂਰਟੀਆਂ ਕਰਦੇ ਆ, ਜਾਂ ਕਈ ਘਰਾਂ ਦੇ ਵਿੱਚ ਰੈਸਟ ਕਰਦੇ ਆ। ਠੀਕ ਆ ਹਜੇ ਕੁਆਇਟ ਜਿਹਾ ਮਾਹੌਲ, ਦੇਖਦੇ ਹਾਂ ਹਾਰਟ ਲੇਕ ਕਿੱਦਾਂ ਦੀ ਆ। ਕਾਟੋਆਂ ਕੂਟੋਆਂ ਬਹੁਤ ਨੇ ਇੱਥੇ ਦਰੱਖਤਾਂ 'ਤੇ, ਇੱਕ ਹੋ ਸਾਹਮਣੇ ਦੇਖ ਰਹੀ ਆ ਹੁਣ ਸਾਰੇ ਨਾ, ਉਹ ਸੀ ਬਲੈਕ ਕਲਰ ਦੀ, ਬਹੁਤ ਸੋਹਣੀ ਆ। ਲਓ ਵੀ ਜੰਗਲ 'ਚ ਐਂਟਰ ਹੋ ਗਿਆ ਆਪਾਂ, ਹਾਰਟ ਲੇਕ, ਲੇਕ ਆ ਜਿਹੜੀ ਅੱਗੇ ਜਾ ਕੇ ਆਊਗੀ, ਪਰ ਸੋਹਣਾ ਵੈਸੇ ਫੋਰੈਸਟ ਜਿਹਾ ਏਰੀਆ ਇਹ ਬਣਿਆ ਹੋਇਆ। ਦਰੱਖਤ ਆ ਦੇਖੋ, ਹਾਂ ਆਪਾਂ ਮਾੜਾ ਜਿਹਾ ਦੇਖ ਲਈਏ ਇੱਥੇ ਕੀ ਹਿਸਾਬ ਕਿਤਾਬ ਆ। ਹਾਰਟ ਲੇਕ ਏਰੀਆ, ਵੈਲਕਮ ਟੂ ਹਾਰਟ ਲੇਕ ਕੰਜ਼ਰਵੇਸ਼ਨ ਏਰੀਆ, ਵਨ ਆਫ ਦਾ ਲਾਰਜੈਸਟ ਨੈਚੁਰਲ ਗ੍ਰੀਨ ਸਪੇਸ ਇਨ ਦਾ ਸਿਟੀ ਆਫ ਬਰੈਂਪਟਨ, ਲੋਕੇਟਡ ਵਿਦ ਇਨ ਦਾ ਇਟੋਵੇਕੋ ਕ੍ਰੀਕ, ਨੇਮ ਕਮਸ ਫਰੋਮ। ਓਕੇ, ਆਹ ਆਇਆ ਹਾਰਟ ਲੇਕ, ਪਾਰਕ ਕਲੋਜ਼ਡ ਫੋਰ ਦਾ ਸੀਜ਼ਨ, ਨੋ ਵਿੰਟਰ ਮੇਨਟੇਨੈਂਸ। ਓਕੇ, ਠੰਡ ਕਰਕੇ ਇਹਨਾਂ ਨੇ ਪਾਰਕਿੰਗ ਆ ਜਿਹੜੀ ਬੰਦ ਕਰੀ ਹੋਈ ਆ। ਚਲੋ ਰਾਤ 'ਚ ਦੇਖੋ ਕਿੰਨੇ ਘੰਟੇ ਨੇ। ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਦੇ ਵਿੱਚ ਵੀ ਇਹ ਚੀਜ਼ਾਂ ਕਾਫੀ ਨੇ, ਪਰ ਕੈਨੇਡਾ ਦੀਆਂ ਵੀ ਮੈਂ ਕਿਹਾ ਚਲੋ ਦੇਖ ਕੇ ਚੱਲੀਏ ਅੱਜ। ਲਓ ਜੀ, ਆਪਾਂ ਪਹੁੰਚ ਗਏ ਫਾਈਨਲੀ ਟ੍ਰੇਲ ਟੂ ਲੇਕ ਚੈੱਕ ਇਨ, ਟ੍ਰੀ ਟੋਪ ਟ੍ਰੈਕਿੰਗ। ਇੱਥੇ ਵੈਸੇ ਉੱਦਾਂ ਬੰਦ ਹੀ ਆ ਹੁਣ, ਚੈੱਕ ਇਨ ਹੇਅਰ ਐਂਡ ਸੋ ਐਵਰੀਵਨ ਇਨ ਯੂਅਰ ਗਰੁੱਪ ਹੈਜ਼ ਕੰਪਲੀਟਡ ਦੇਅਰ ਓਨ ਦੈਨ ਵੇਵਰ ਚੈੱਕ ਇਨ। ਓਕੇ, ਗਲਵਸ $2, ਵੈਲਕਮ ਟੂ ਟ੍ਰੀ ਟੋਪ ਟ੍ਰੈਕਿੰਗ, ਗਲਵਸ $2, ਹੋਟ ਚੋਕਲੇਟ, ਕੌਫੀ ਕੂਫੀ ਮਿਲਦੀ ਆ ਇੱਥੋਂ। ਹਾਂ ਦੇਖੋ ਮੇਰਾ ਸਿਸਟਮ, ਕੰਪਿਊਟਰ ਨੂੰ ਆਪਾਂ ਦੇਖਦੇ ਹਾਂ ਕੱਢ ਕੇ ਕੀ ਕੁਛ ਇਹਦੇ 'ਚ।
ਹਾਂ ਲੇਕ ਦੇ ਉੱਪਰ ਆ, ਜਿਪ ਲਾਈਨ ਬਣਾਈ ਹੋਈ ਇਹਨਾਂ ਨੇ। ਆਪਾਂ ਇਹਨੂੰ ਵਾਪਸ ਪਾ ਦਿੰਦੇ। ਚਲੋ ਆਪਾਂ ਮੂਵ ਹੈਡ ਅੱਗੇ ਵਧੀਏ, ਦੇਖਦੇ ਹਾਂ ਕੀ ਹਿਸਾਬ ਕਿਤਾਬ ਆ। ਸੋਹਣਾ ਵੈਸੇ, ਵਧੀਆ ਨੇਚਰ, ਪੱਤੇ ਦੇਖੋ ਥੱਲੇ। ਸਾਹਮਣੇ ਲੇਕ ਵੀ ਆ ਗਈ ਆ। ਆਹ ਜਵਾਕਾਂ ਜਵੁਕਾਂ ਵਾਸਤੇ ਜਾਂ ਮਤਲਬ ਵੱਡੇ ਵੀ ਕਰ ਸਕਦੇ ਹੋਣਗੇ। ਵਾਰਨਿੰਗ ਦਿੱਤੀ ਹੋਈ ਇਹਨਾਂ ਨੇ, ਕਲਿੰਬਿੰਗ ਵਿਦਆਊਟ ਗਾਈਡ, ਠੀਕ ਆ। ਪ੍ਰਾਈਵੇਟ ਪ੍ਰੋਪਰਟੀ, ਸੀਰੀਅਸ ਇੰਜਰੀ ਔਰ ਡੈਥ ਕੈਨ ਓਕ, ਓਕੇ। ਅੰਡਰ 24 ਆਵਰ ਟੈਂਸ਼ਨ, ਹਾਂ ਬਈ ਲਿਖਿਆ ਹੋਇਆ ਉਹਨਾਂ ਨੇ, ਸਹੀ ਆ ਵੀ ਕਈ ਵਾਰ ਡਿੱਗ ਡੁੱਗ ਸਕਦੇ ਹੋ ਤੁਸੀਂ, ਅਤੇ ਡਿੱਗ ਕੇ ਮਰ ਵੀ ਸਕਦੇ ਹੋ, ਅਤੇ ਤੁਹਾਡੀ ਲੱਤ ਬਾਂਹ ਵੀ ਟੁੱਟ ਸਕਦੀ ਆ। ਦੇਖੋ ਇਹਦੇ ਉੱਤੇ ਚੜ੍ਹ ਕੇ ਤੁਸੀਂ ਇੱਦਾਂ ਵਾਕ ਕਰ ਸਕਦੇ ਹੋ। ਕਾਫੀ ਇਹਨਾਂ ਨੇ ਜੰਗਲ ਦੇ ਵਿੱਚ ਉਹ ਕਰਿਆ ਹੋਇਆ, ਕਾਫੀ ਵੱਡੀ ਟ੍ਰੈਕਿੰਗ ਦੀ ਟ੍ਰੇਲ ਦੀ ਬਣਾਈ ਹੋਈ ਆ। ਸੋ ਜੇ ਤੁਸੀਂ ਇਕੱਲੇ ਹੋ ਤਾਂ ਇਹ ਪੰਗਾ ਨਹੀਂ ਲਿਓ, ਗਰੁੱਪ ਗਰੁੱਪ 'ਚ ਆਉਣੇ ਹੋ ਤਾਂ ਇਹ ਐਕਟੀਵਿਟੀ ਦਾ ਆਨੰਦ ਜ਼ਰੂਰ ਲਿਓ। ਹੁਣ ਮੈਂ ਇੱਥੇ ਇਕੱਲਾ, ਨੇੜੇ ਤੇੜੇ ਕੋਈ ਹੈ ਵੀ ਨਹੀਂ, ਚੜ੍ਹਨ ਨੂੰ ਮੈਂ ਚੜ੍ਹ ਜਾਂਦਾ ਵੀ ਅਤੇ, ਪਰ ਜੇ ਕੋਈ ਚੱਕਰ ਪੈ ਗਿਆ ਤਾਂ ਫਿਰ ਇੱਥੇ ਮੈਨੂੰ ਚੱਕਣ ਵਾਲਾ ਸਾਂਭਣ ਵਾਲਾ ਤੁਸੀਂ ਨਹੀਂ ਹੋਣਾ, ਤਾਂ ਇਹੋ ਜਿਹਾ ਪੰਗਾ ਨਹੀਂ ਆਪਾਂ ਲੈਣਾ। ਅਤੇ ਅਸੀਂ ਹੋਰ ਆ ਰਹੀ ਆ ਬੀਬੀ ਨੀਚੇ, ਸੋਹਣਾ ਵਧੀਆ। ਮੈਂ ਨੀਚੋਂ ਦੀ ਵੀ ਵੈਸੇ ਆ ਸਕਦਾ ਸੀਗਾ, ਅਤੇ ਉਹ ਸਾਹਮਣੇ ਘਰ ਬਹੁਤ ਸੋਹਣਾ ਦਿਖ ਰਿਹਾ ਬਾਈ, ਦੇਖ ਦਿੱਤੇ ਕਾਟੋਆਂ ਜਿੱਦਾਂ ਮੈਂ ਤੁਹਾਨੂੰ ਕਿਹਾ ਸੀ, ਇੱਥੇ ਬਹੁਤ ਆ ਦੇਖੋ ਆਹਦੇ ਕਾਟੋ, ਆ ਕਰਦੀਆਂ ਖੇਡਦੀਆਂ ਆ ਗਈ ਹਾਟ ਲੇਕ, ਕਾਫੀ ਵੱਡੀ ਲੇਕ ਹੈ ਇਹ। ਇੱਧਰੋਂ ਆਏ ਆਪਾਂ ਤੁਰ ਕੇ, ਵਧੀਆ ਵਾਕ ਵੀ ਹੋ ਗਈ ਅਤੇ ਠੰਡ ਵੀ ਘੱਟ ਲੱਗ ਰਹੀ ਆ। ਹੈਗੇ ਆ ਲੋਕ, ਟਾਮਾ ਟੱਲਾ ਕੋਈ ਆ ਰਿਹਾ ਇੱਕ ਉੱਧਰ, ਮਗਰ ਮੇਰੇ ਲੇਡੀ ਤੁਰੀ ਆ ਰਹੀ ਹੈ, ਅਤੇ ਇੱਧਰ ਇੱਕ ਉਹ ਆ ਰਿਹਾ ਕੋਲ। ਸੋ ਟਰੈਕ ਉੱਪਰ ਦੀ ਆ ਗਈ ਜੀ ਲੇਕ, ਬ੍ਰੈਂਪਟਨ ਵਾਲੇ ਜਿਹੜੇ ਨੇੜੇ ਤੇੜੇ ਇੱਥੇ ਰਹਿੰਦੇ ਆ, ਵੈਸੇ ਸਾਰੇ ਆਈ ਹੋਣਗੇ ਕਿ ਇੱਕ ਵਾਰੀ, ਪਰ ਇੱਥੇ ਆ ਤੁਸੀਂ ਆ ਸਕਦੇ ਹੋ। ਹੁਣ ਤਾਂ ਚਲੋ ਵਿੰਟਰ ਆ, ਪਰ ਗਰਮੀਆਂ 'ਚ ਤਾਂ ਮੈਨੂੰ ਲੱਗਦਾ ਵੀ ਇੱਥੇ ਬਹੁਤ ਮੁਲਕ ਆਉਂਦਾ ਹੋਣਾ। ਪਾਣੀ ਸਾਫ਼ ਆ ਉਹ ਵੀ ਬਿਲਕੁਲ, ਮੈਨੂੰ ਹਜੇ 3-4 ਕੁ ਲੋਕ ਮਿਲੇ ਆ, ਉਹ ਮੇਰੇ ਮਾਂਗਲ ਡੂਰਾ ਵੀ ਤੁਰਿਆ ਜਾਂਦਾ, ਜਿੰਨੇ ਵੀ ਹੁਣ ਤੱਕ ਮਿਲੇ ਆ ਮੈਨੂੰ ਲੱਗਦਾ ਵੀ ਸਾਰੇ ਇਹ ਨੇਚਰ ਪ੍ਰੇਮੀ, ਵਾਤਾਵਰਨ ਪ੍ਰੇਮੀ ਹੈਗੇ ਆ ਸਾਰੇ। ਕੈਮਰੇ ਪਾਏ ਹੋਏ ਆ ਉਹਨਾਂ ਨੇ ਗਲਾਂ ਦੇ ਵਿੱਚ, ਦੂਰਬੀਨਾਂ, ਅਤੇ ਨਾਲ ਆਪਣੇ ਟ੍ਰਾਈਪੋਡ, ਸਾਰੇ ਜਿੱਦਾਂ ਨੇਚਰ ਨੂੰ ਲਵ ਕਰਨ ਵਾਲੇ ਬੰਦੇ ਆ, ਅਤੇ ਕੈਪਚਰ ਕਰ ਰਹੇ ਆ ਮੂਮੈਂਟ। ਅਤੇ ਮੈਂ ਵੀ ਆਪਣੇ ਆਈਫੋਨ ਦੇ ਵਿੱਚ ਆ ਜਿਹੜਾ ਇਹ ਯਾਦਾਂ ਜਿਹੜੀਆਂ ਕੈਪਚਰ ਕਰ ਰਹੇ ਹਾਂ, ਕਦੇ ਦੇਖਿਆ ਕਰਾਂਗੇ ਯੂਟਿਊਬ ਦੇ ਉੱਤੇ
ਕਿ ਆਪਾਂ ਇੱਥੇ ਘੁੰਮਣ ਗਏ ਸੀ ਹਾਰਟ ਲੇਕ ਕੈਨੇਡਾ ਦੇ ਵਿੱਚ, ਬ੍ਰੈਂਪਟਨ ਦੇ ਵਿੱਚ ਪੈਂਦੀ ਹੈ ਜੀ, ਪੰਜ ਦੇਖ ਲਓ ਜੇ ਤੁਸੀਂ ਵੀ ਕਦੇ ਕੈਨੇਡਾ ਆਉਣੇ ਹੋ ਇੱਧਰ ਬ੍ਰੈਂਪਟਨ ਕਨੀ ਗੇੜਾ ਲੱਗਦਾ ਤਾਂ ਤੁਸੀਂ ਵੀ ਜ਼ਰੂਰ ਇੱਥੇ ਹਾਰਟ ਲੇਕ 'ਤੇ ਜ਼ਰੂਰ ਆਇਓ। ਸੋਹਣਾ ਸੋਹਣੀ ਲੇਕ ਆ, ਵਧੀਆ ਲੱਗੀ ਮੈਨੂੰ, ਪਸੰਦ ਆਈ ਆ। ਗਰਮੀਆਂ ਦੇ ਵਿੱਚ ਇੱਥੇ ਹੋਰ ਰੌਣਕ ਹੁੰਦੀ ਹੋਣੀ ਆ, ਇੱਥੇ ਲਿਖਿਆ ਹੋਇਆ ਇਹਨਾਂ ਨੇ ਵੀ ਵਾਟਰ ਪ੍ਰਾਈਜ਼ ਮਿਲਦਾ ਦਾ ਐਕਟੀਵਿਟੀ ਵੀ ਤੁਸੀਂ ਇੱਥੇ ਕਈ ਕਰ ਸਕਦੇ ਹੋ। ਆਹ ਚੀਜ਼ਾਂ ਇਹ ਕਹਿੰਦੇ ਆ ਜੀ ਵੀ ਪਾਣੀ ਦੇ ਵਿੱਚ ਹੋ ਸਕਦੀਆਂ ਨੇ, ਗ੍ਰੀਨ ਡੱਡੂ, ਗ੍ਰੀਨ ਫਰੋਗ, ਹਰੇ ਡੱਡੂ, ਪੇਂਟਰ ਟਾਟਰ, ਬੁੱਡ ਡੱਕ। ਓਕੇ, ਇਹ ਚੀਜ਼ਾਂ ਜਿਹੜੀਆਂ ਇਹ ਪਾਣੀ ਦੇ ਵਿੱਚ ਨੇ, ਜਿਹੜੀਆਂ ਇਹ ਲੇਕ ਦੇ ਵਿੱਚ ਹੋ ਸਕਦੀਆਂ ਨੇ। ਅਤੇ ਇਵੇਂ ਦਾ ਹੀ ਹਾਕ ਲੇਕ, ਰੀਜ਼ਨ ਆਫ ਪੀਲ ਵਰਕਿੰਗ ਫੂਲ, ਠੀਕ ਆ ਜੀ। ਆ ਜਾਓ ਆਪਾਂ ਅੱਗੇ ਕੋਈ ਹੋਰ ਸਪੋਰਟ 'ਤੇ ਦੇਖਦੇ ਹਾਂ। ਇਹ ਮੈਂ ਵੀਡੀਓ ਬਣਾ ਰਿਹਾ ਵੀ ਨਾਲ ਨਾਲ ਮੇਰੇ, ਤੁਸੀਂ ਵੀ ਦੇਖ ਲਓ ਲੇਕ, ਅਤੇ ਭਵਿੱਖ ਦੇ ਵਿੱਚ ਕਦੇ ਆਉਣਾ ਪੈ ਜਾਂਦਾ ਤਾਂ ਤੁਸੀਂ ਇਹ ਜਿਹੜੀ ਆ ਇੱਥੇ ਆ ਕੇ ਦੇਖ ਸਕੋ, ਬਾਕੀ ਜਿੰਨੇ ਕੁ ਹੁਣ ਇੱਥੇ ਤੁਸੀਂ ਦੇਖ ਸਕਦੇ ਹੋ ਮੇਰੇ ਨਾਲ। ਹਾਂ ਦੇਖੋ ਆਹ ਬਹੁਤ ਵੱਡਾ ਇਹਨਾਂ ਨੇ ਬਣਾਇਆ ਹੋਇਆ, ਉੱਧਰੋਂ ਇਹ ਚੱਲ ਕੇ ਆਉਂਦਾ ਅਤੇ ਸਾਰੇ ਜੰਗਲ ਦੇ ਵਿੱਚ ਇਹਨਾਂ ਨੇ ਜਿਹੜਾ ਕੀਤਾ ਹੋਇਆ। ਆਹ ਮੈਨੂੰ ਲੱਗਦਾ ਉਹੀ ਐਕਟੀਵਿਟੀ ਜਿਹੜੀ ਆਪਾਂ ਉੱਥੇ ਸਟਾਰਟਿੰਗ 'ਚ ਦੇਖੀ ਸੀਗੀ ਪੇਪਰ 'ਤੇ, ਵੀ ਜਿਹੜੀ ਉਹ ਕੀ ਕਹਿੰਦੇ ਆ ਇਹਨੂੰ, ਚੇਨ ਕੀ ਚੈਨ ਕਹਿੰਦੇ ਕੀ ਉਹ ਆ, ਜਿਹੜੀ ਇੱਥੋਂ ਸਟਾਰਟ ਕਰਦੇ ਆ ਅਸੀਂ ਅਤੇ ਫਿਰ ਉਹ ਪਾਣੀ ਦੇ ਵਿੱਚ ਦੀ ਤੁਸੀਂ ਉੱਪਰ ਦੀ ਜਾ ਸਕਦੇ ਹੋ। ਕਾਟੋ ਭੱਜੀ ਕਰਦੀ ਆ ਦੇਖੋ, ਲਓ ਜੀ ਨੋ ਫਿਸ਼ਿੰਗ ਇਨ ਦਿਸ ਏਰੀਆ, ਠੀਕ ਆ ਜੀ। ਇੱਥੇ ਤੁਸੀਂ ਫਿਸ਼ਿੰਗ ਨਹੀਂ ਕਰ ਸਕਦੇ, ਆਹ ਦੇਖੋ ਬਣੀ ਹੋਈ ਆ ਉੱਪਰ, ਕਾਟੋਆਂ ਬਹੁਤ ਵਧੀਆ ਨੇ ਇੱਥੇ, ਕਾਲੇ ਰੰਗ ਦੀਆਂ ਭੂੜੀਆਂ ਹੈ ਇੱਧਰ ਦੀ, ਕਾਫੀ ਇੱਥੇ ਸਪੋਟ ਆ ਜਿਹੜੇ ਬਣੇ ਹੋਏ ਆ, ਖੜ੍ਹ ਕੇ ਤੁਸੀਂ ਆਪਣੀ ਜਿਹੜੀ ਵੀਡੀਓਗ੍ਰਾਫੀ ਆ ਫੋਟੋਆਂ ਖਿੱਚ ਸਕਦੇ ਹੋ। ਮੈਂ ਹੁਣ ਇੱਥੇ ਬਹਿਣਾ ਪੱਥਰ ਦੇ ਉੱਤੇ, ਮੈਂ ਨਾ ਇੱਕ ਗਲਤੀ ਕਰਿਆ ਆ ਕਿ ਮੈਂ ਟਰਾਈਪੋਡ ਜ਼ਰੂਰ ਲੈ ਕੇ ਆਉਣਾ ਸੀ ਆਪਣਾ, ਮੇਰੇ ਉੱਥੇ ਰਹਿ ਗਿਆ ਰੂਮ ਦੇ ਵਿੱਚ, ਘਰ ਰਹਿ ਗਿਆ ਮੇਰਾ ਟਰਾਈਪੋਡ, ਜੇ ਕਿਤੇ ਉਹ ਲੈ ਕੇ ਆਉਂਦਾ ਤਾਂ ਇੱਥੇ ਆਪਾਂ ਵੀਡੀਓ ਹੋਰ ਵੀ ਵਧੀਆ ਬਣ ਜਾਂਦੀ ਹੈ ਨਾ। ਚਲੋ ਕੋਈ ਨਹੀਂ, ਜਿੱਦਾਂ ਦੀ ਵੀ ਬਣ ਰਹੀ ਆ ਤਾਂ ਕਿਸੀ ਹੋਪ ਸਾਰੇ ਜਣੇ ਪਸੰਦ ਕਰੋਗੇ। ਗੱਲ ਇਹ ਆ ਕਿ ਅੱਜ ਦਿਨ ਬਹੁਤ ਸੋਹਣੀ ਆ, ਲਾਈਕ ਮੈਨੂੰ ਵਧੀਆ ਲੱਗੀ, ਈਵਨਿੰਗ ਇੱਥੇ ਹੋਈ ਹੋਈ ਆ ਹੁਣ, ਠੰਡ ਦਾ ਟਾਈਮ ਆ, ਪਰ ਮੈਨੂੰ ਠੰਡ ਨਹੀਂ ਲੱਗ ਰਹੀ ਕਿਉਂਕਿ ਵਾਕ ਕਰਕੇ ਆਇਆ, ਅਤੇ ਕਾਫੀ ਜ਼ਰੂਰ ਤੱਕ ਦੇਖੋਗੇ ਨਾ ਇੱਧਰਲੀ ਸਾਈਡ, ਇਹਦੇ ਬੈਕ 'ਤੇ ਮੇਰੇ ਜੰਗਲ ਆ ਹੁਣ, ਤਾਂ ਚਲੋ ਪੱਤਝੜ ਦੀ ਹੋਈ ਆ, ਸਮਰ ਦੇ ਵਿੱਚ ਬਹੁਤ ਸੋਹਣਾ ਹੁੰਦਾ ਹੋਣਾ ਇੱਥੇ ਮਾਹੌਲ, ਕਾਫੀ ਲੋਕ ਆਉਂਦੇ ਹੋਣੇ ਹੁਣ ਵੀ, ਤਾਂ ਮਿੰਟ ਦੇ ਲੋਕ ਆਏ ਹੋਏ ਵਾਕ ਕਰਨ ਦੇ ਵੀ, ਉਹ ਮਗਰ ਇੱਕ ਨਾ ਘਰ ਆ ਮੈਨੂੰ ਬਹੁਤ ਸੋਹਣਾ ਲੱਗਿਆ, ਪਸੰਦ ਆ ਗਿਆ ਫਿਰ ਉਹਨਾਂ ਦਾ, ਅਤੇ ਸੂਰਜ ਸਟੈਪ ਉੱਪਰ ਇੱਧਰ ਦੇਖੋ। ਹੁਣ ਆਪਾਂ ਅੱਗੇ ਚੱਲਦੇ ਹਾਂ ਵਾਕ ਕਰਨ, ਦੇਖਦੇ ਹਾਂ ਅੱਗੇ ਕੀ ਆ, ਮੈਨੂੰ ਇੱਦਾਂ ਦਾ ਨੇਚਰ ਆ ਜਿਹੜਾ ਵਧੀਆ ਲੱਗਦਾ ਉਹ ਦੇਖੋ, ਉੱਪਰ ਵਾਕ ਕਰਨ ਲਈ ਵੀ ਉਹਨਾਂ ਨੇ ਉਹ ਬਣਾਇਆ ਹੋਇਆ, ਇੱਦਾਂ ਦੇ ਇੱਥੇ ਬਣੇ ਹੋਏ ਆ ਆਪਣਾ ਵਿਊ ਪੁਆਇੰਟ ਜੇ ਤੁਸੀਂ ਕਹਿ ਸਕਦੇ ਹੋ, ਜਿਹੜੀ ਉਹ ਫਿਲਮ ਆਪਾਂ ਦੇਖਦੇ ਹੁੰਦੇ ਸੀ
ਜੀ ਆਇਆਂ ਨੂੰ, ਹੈ ਨਾ, ਜਿੰਨੀਆਂ ਵੀ ਹਰਭਜਨ ਮਾਨ ਦੀਆਂ ਫਿਲਮਾਂ ਆਈਆਂ ਜੀ ਆਇਆਂ ਨੂੰ, ਮਸਾਂ ਨੂੰ ਮਾਨ ਵਤਨਾਂ ਦਾ, ਇੱਧਰ ਕੈਨੇਡਾ ਦੇ ਵਿੱਚ ਬਣੀਆਂ ਹੋਈਆਂ ਨੇ ਉਹ ਕਾਫੀ, ਅਤੇ ਉਦੋਂ ਅਸੀਂ ਕੈਨੇਡਾ ਬਾਰੇ ਸੁਣਦੇ ਹੁੰਦੇ ਸੀ ਐਵੇਂ ਦਾ ਨੇਚਰ, ਅਤੇ ਹੁਣ ਮੈਂ ਕੈਨੇਡਾ 'ਚ ਦੇਖ ਕੇ ਬਹੁਤ ਵਧੀਆ ਲੱਗ ਰਿਹਾ। ਇਹ ਹੈਗੀ ਆ ਜੀ ਹਾਰਟ ਲੇਕ, ਹੈ ਇਹ ਹਾਰਟ ਲੇਕ 'ਤੇ ਆਪਾਂ ਆਏ ਹੋਏ ਹਾਂ, ਪਾਣੀ ਠੀਕ ਆ, ਵਧੀਆ ਸਾਫ਼ ਹੈਗਾ, ਕਾਫੀ ਵਧੀਆ ਹੈ। ਸਮਰ ਦੇ ਵਿੱਚ ਤਾਂ ਮੈਨੂੰ ਲੱਗਦਾ ਇੱਥੇ ਹੋਰ ਵੀ ਬਹੁਤ ਜ਼ਿਆਦਾ ਰੌਣਕ ਹੁੰਦੀ ਹੋਣੀ ਹੈ, ਲੋਕ ਕਾਫੀ ਆਉਂਦੇ ਹੋਣੇ। ਦੇਖੋ ਆਹ ਇੱਧਰ ਪਾਣੀ ਦੇ ਵਿੱਚ ਵਧੀਆ, ਇਹ ਵੋਕ ਕਰਨ ਦੇ ਲਈ ਵੀ ਅਤੇ ਪਿਕਨਿਕ ਏਰੀਆ ਵੀ ਜਿਹੜਾ ਇਹਨਾਂ ਦਾ ਉੱਪਰ ਉੱਧਰ ਬਣਿਆ ਹੋਇਆ। ਲਓ ਜੀ ਮੋਸਟਲੀ ਆਪਾਂ ਲੇਕ ਦੇ ਆਲੇ ਦੁਆਲੇ ਗੇੜਾ ਦੇ ਤਾ, ਅਤੇ ਹੁਣ ਆਪਾਂ ਜਾਣਾ ਵਾਪਸ। ਵਾਪਸ ਜਾਣ ਲਈ ਮੈਂ ਹੁਣ ਆਹ ਕੀ ਲਿਖਿਆ ਪਿਆ, ਓਕੇ, ਇਹ ਹੁਣ ਮੈਂ ਇੱਥੋਂ ਮੈਨੂੰ ਲੱਗਦਾ ਅੱਗੇ ਸਿੱਧਾ ਪਾਰਕ ਜਾ ਜਾਣਾ, ਪੌੜੀਆਂ ਚੜ੍ਹ ਕੇ ਇੱਥੋਂ ਆਪਾਂ ਨਿਕਲ ਜਾਣਾ। ਹੋਪ ਤੁਹਾਨੂੰ ਸਾਰਿਆਂ ਨੂੰ ਵੀਡੀਓ ਪਸੰਦ ਆਈ ਹੋਣੀ ਆ, ਲਾਈਕ ਕਮੈਂਟ ਸ਼ੇਅਰ ਸਾਰੇ ਜਾਣੇ ਕਰਿਓ, ਅਤੇ ਹੁਣ ਆਪਾਂ ਚੱਲਦਾ ਜੀ ਆਹ ਪੌੜੀਆਂ, ਉਹ ਤੱਕ ਸਵਰਗ, ਸਵਰਗਾਂ ਦੀ ਪੌੜੀ ਹੈ ਇੱਕ ਕਿਸਮ ਦੀ, ਹੈ, ਅਤੇ ਉੱਪਰੋਂ ਤੁਹਾਨੂੰ ਲੇਕ ਦਾ ਜਿਹੜਾ ਨਜ਼ਾਰਾ ਮੈਂ ਦਿਖਾ ਦੂੰਗਾ, ਕਈ ਦਰੱਖਤ ਵੀ ਟੁੱਟੇ ਹੋਏ ਆ, ਲੇਕ ਆ ਜਿਹੜੀ ਤੁਸੀਂ ਬੈਕ 'ਤੇ ਦੇਖ ਸਕਦੇ ਹੋ। ਲੋਕਲ ਨੂੰ ਤਾਂ ਬਹੁਤ ਵਧੀਆ, ਇੱਥੇ ਬਹੁਤ ਵਧੀਆ ਸਪੋਰਟ ਆ ਇਹ ਜਿਹੜੇ ਲੋਕਲ ਇੱਥੇ ਰਹਿੰਦੇ ਆ, ਜਿਵੇਂ ਹੁਣ ਇਹ ਜਿੱਥੇ ਮੈਂ ਰਹਿ ਰਿਹਾ ਸੀ ਉੱਥੇ ਇਹ ਨੇੜੇ ਸੀਗੀ, ਮੈਂ ਦੇਖੀ ਇੰਟਰਨੈਟ 'ਤੇ ਸਰਚ ਕਰਕੇ, ਕਿਤੇ ਮੈਂ ਆ ਗਿਆ ਇੱਥੇ, ਉਹ ਦੇਖੋ ਸਾਹਮਣੇ ਇੱਧਰ, ਹੁਣ ਆਪਾਂ ਪਲੇਨ ਏਰੀਏ ਦੇ ਵਿੱਚ ਉੱਪਰ ਆ ਗਏ ਹਾਂ ਪੌੜੀਆਂ ਚੜ੍ਹ ਕੇ। ਲਓ ਜੀ ਇਹ ਸੀਗਾ ਅੱਜ ਦਾ ਦਿਨ, ਆਪਾਂ ਜਾਏ ਸੀਗੇ ਹਾਰਟ ਲੇਕ, ਬਰੈਂਪਟਨ ਦੇ ਵਿੱਚ ਪੈਂਦੀ ਆ ਇਹ ਲੇਕ, ਘੁੰਮਣ ਵਧੀਆ ਲੱਗਿਆ, ਘੰਟਾ ਸਾਰਾ ਆਪਾਂ ਇੱਥੇ ਸਪੈਂਡ ਕੀਤਾ, ਵੋਕ ਕੀਤੀ, ਵਿਊ ਇੰਨੇ ਸੋਹਣੇ ਦੇਖੇ, ਲੇਕ ਦੇ ਆਲੇ ਦੁਆਲੇ ਵੋਕ ਆ ਜਿਹੜੀ ਕੀਤੀ ਆ, ਬਾਕੀ ਤੁਸੀਂ ਜੰਗਲ ਦੇਖ ਰਹੇ ਹੋ, ਦਰੱਖਤ ਬਹੁਤ ਸੋਹਣੇ ਆ, ਹੁਣ ਤਾਂ ਚਲੋ ਵਿੰਟਰ ਆ, ਪੱਤਝੜ ਤੁਸੀਂ ਦੇਖ ਹੀ ਰਹੇ ਹੋ ਪੱਤੇ। ਸਮਰ ਦੇ ਵਿੱਚ ਇੱਥੇ ਬਹੁਤ ਜ਼ਿਆਦਾ ਹਰਿਆਲੀ ਹੁੰਦੀ ਹੋਣੀ ਆ, ਸਮਰ ਦੇ ਵਿੱਚ ਵੀ ਤੁਸੀਂ ਆ ਸਕਦੇ ਹੋ, ਵਿੰਟਰ ਦੇ ਵਿੱਚ ਆਉਣ ਵਾਲੇ ਵਿੰਟਰ 'ਚ ਵੀ ਆ ਸਕਦੇ ਹੋ, ਜਦੋਂ ਵੀ ਤੁਹਾਡਾ ਜੀ ਕਰਦਾ। ਅਤੇ ਜੇ ਤੁਸੀਂ ਬਰੈਂਪਟਨ ਦੇ ਏਰੀਏ 'ਚ ਆਉਣੇ ਹੋ ਤਾਂ ਇਹ ਲੇਕ ਨੂੰ ਨਾ ਮਿਸ ਕਰਿਓ, ਮੈਂ ਤਾਂ ਕਹੂੰਗਾ, ਅਤੇ ਆ ਕੇ ਜ਼ਰੂਰ ਦੇਖਿਓ, ਵਧੀਆ ਸਪੋਟ ਆ ਰਹੀ ਘੁੰਮਣ ਫਿਰਨ ਵਾਲਿਆਂ ਲਈ, ਖਾਸ ਕਰਕੇ ਵਾਤਾਵਰਨ ਪ੍ਰੇਮੀਆਂ ਲਈ। ਸੋ ਇਹ ਸੀਗੀ ਅੱਜ ਦੀ ਵੀਡੀਓ, ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਈ ਹੋਣੀ, ਮਿਲਾਂਗੇ ਕਿਸੇ ਦਿਨ ਕਿਸੇ ਅਗਲੀ ਵੀਡੀਓ ਦੇ ਨਾਲ, ਤਦ ਤੱਕ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਇਹ ਜਿਹੜੀ ਹੁਣ ਸਾਰੀ ਵੋਕ ਆ, ਮੈਂ ਜੰਗਲ ਦੇ ਵਿੱਚ ਦੀ ਲੰਘ ਕੇ ਜਾਵਾਂ, ਦਿਨੇ ਦਿਨ ਵਧੀਆ ਸੀਗਾ, ਧੁੱਪ ਨਿਕਲੀ ਹੋਈ ਸੀ, ਪਰ ਹੁਣ ਜਿਹੜੀ ਠੰਡ ਹੋ ਗਈ ਕਿਉਂਕਿ ਈਵਨਿੰਗ ਇੱਥੇ ਹੋ ਗਈ ਆ ਆਲਰੇਡੀ, ਅਤੇ ਹੱਥ ਆ ਜਿਹੜੇ ਠਰ ਰਹੇ ਨੇ, ਤੁਸੀਂ ਮੇਰੇ ਮੂੰਹ ਤੋਂ ਵੀ ਦੇਖਦੇ ਹੋਵੋਗੇ, ਨੱਕ ਨੁੱਕ ਤੋਂ ਮੇਰਾ ਲਾਲ ਹੋ ਗਿਆ, ਅਤੇ ਠੰਡ ਲੱਗ ਰਹੀ ਆ ਹੁਣ, ਮੇਰਾ ਹੱਥ ਵੀ ਜਿਹੜੇ ਹੈਗੇ ਆ
ਠੰਡ ਮੰਨਦਾ ਐਕਚੁਅਲੀ ਕਾਫੀ ਜ਼ਿਆਦਾ। ਸੋ ਮੈਂ ਵੀਡੀਓ ਨੂੰ ਹੁਣ ਇੱਥੇ ਹੀ ਐਂਡ ਕਰਦਾ। ਸੋ ਨੇਚਰ ਦਾ ਨਜ਼ਾਰਾ, ਇੱਥੋਂ ਆਪਾਂ ਆਪਣੀ ਜਿਹੜੀ ਅੱਜ ਦੇ ਦਿਨ ਦੀ ਸ਼ੁਰੂਆਤ ਕੀਤੀ ਸੀਗੀ ਲੇਕ ਦੇ ਵਿੱਚ ਵੜ ਕੇ, ਆਹ ਸਪੋਟ ਤੋਂ, ਇਹ ਸੀਗੀ ਮੇਨ ਹਾਰਟ ਲੇਕ ਕੰਜ਼ਰਵੇਸ਼ਨ ਏਰੀਆ। ਦੇਖੋ ਇੱਥੋਂ ਆਪਾਂ ਸਟਾਰਟ ਕੀਤਾ ਸੀ ਅਤੇ ਆਹ ਹੁਣ ਮੇਰਾ ਬਾਹਰ ਦਾ ਰਸਤਾ ਹੈ ਜਿਹੜਾ ਮੈਂ ਆਲਰੇਡੀ ਲੱਗਿਆ। ਹੋਪ ਤੁਹਾਨੂੰ ਸਾਰਿਆਂ ਨੂੰ ਵੀਡੀਓ ਪਸੰਦ ਆਈ ਹੋਊਗੀ। ਸਤਿ ਸ਼੍ਰੀ ਅਕਾਲ।